ਸਸੀ ਗਾਲ ਜੀ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ 252500 ਰੁਪਿਆ ਪੈਨਸ਼ਨ ਦਾ ਐਲਾਨ ਕਰ ਦਿੱਤਾ ਹੈ ਗਿਆ ਜੀ ਕਿਹਨਾਂ ਲੋਕਾਂ ਨੂੰ ਇਸ ਦਾ ਲਾਭ ਹੋਵੇਗਾ ਤੇ ਕਿਹਨਾਂ ਨੂੰ ਨਹੀਂ ਹੋਵੇਗਾ ਕੀ ਕੁਝ ਡਾਕੂਮੈਂਟ ਲੱਗਣਗੇ ਸਾਰੀ ਡਿਟੇਲ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦੇਣ ਜਾ ਰਿਹਾ ਪਰ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਉਤੇ ਪਹਿਲੀ ਵਾਰ ਆ ਹਨ ਕਿਰਪਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਨਾਲ ਬੈਲ ਆਈਕਨ ਵਾਲਾ ਬਟਨ ਜ਼ਰੂਰ ਤੋਂ ਪ੍ਰੈਸ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬਾਕੀ ਵੀ ਇਸ ਦਾ ਲਾਭ ਲੈ ਸਕਣ ਤੇ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਕਿਹੜੇ ਕਿਹੜੇ ਪ੍ਰੂਫ ਹੈ ਜਿਹੜੇ ਉਹ ਤੁਹਾਡੇ ਨਾਲ ਲੱਗਣੇ ਹੈ ਜੀ ਇਹਦੇ ਵਿੱਚ ਤਿੰਨ ਬੈਂਕ ਖਾਤੇ ਦੀ ਕਾਪੀ ਤੇ ਨਾਲ ਫੋਟੋ ਲਗਣੀ ਹੈ ਜੀ ਠੀਕ ਹੈ ਜੀ ਇਹ ਸਾਰੇ ਡਾਕੂਮੈਂਟ ਲੱਗਣ ਤੋਂ ਬਾਅਦ ਜਿਹੜੇ ਤੁਸੀਂ ਆਪਣੇ ਸੂਭਿਦਾ ਕੇਂਦਰ ਵਿੱਚ ਜਦੋਂ ਇਸ ਨੂੰ ਅਪਲਾਈ ਕਰੋਗੇ ਉਸ ਤੋਂ ਬਾਅਦ ਜਿਹੜਾ ਟਾ ਟਾ ਪੈਨਸ਼ਨ ਦਾ ਕਾਰਡ ਹੈ ਤੁਹਾਡੇ ਘਰ ਬਣ ਕੇ ਆਵੇਗਾ ਜੀ ਉਹ ਜਿਹੜਾ ਕਾਰਡ ਤੁਸੀਂ ਆਪਣੇ ਜਦੋਂ ਬੈਂਕ ਵਿੱਚ ਜਮ੍ਹਾਂ ਕਰਵਾਓਗੇ ਉਸ ਤੋਂ ਬਾਅਦ ਹੀ ਪੰਜਾਬ ਸਰਕਾਰ ਵੱਲੋਂ ਤੁਹਾਡੇ ਖਾਤੇ ਵਿੱਚ ਪੈਨਸ਼ਨ ਜਿਹੜੀ ਆ ਉਹ ਭੇਜੀ ਜਾਏਗੀ ਆਪਣਾ ਆਧਾਰ ਕਾਰਡ ਜਿਹੜਾ ਫੋਨ ਨੰਬਰ ਨਾਲ ਜ਼ਰੂਰ ਤੋਂ ਲਿੰਕ ਕਰਵਾਇਓ ਤਾਂ ਜੋ ਜੋ ਵੀ ਪੈਨਸ਼ਨ ਤੁਹਾਡੇ ਜਿਹੜੇ ਖਾਤੇ ਵਿੱਚ ਆਉਂਦੀ ਹੈ ਉਸ ਦਾ ਮੈਸੇਜ ਤੁਹਾਡੇ ਫੋਨ ਉਤੇ ਜ਼ਰੂਰ ਤੋਂ ਆ ਸਕੇ ਤੇ ਬਾਕੀ ਗੱਲ ਕਰ ਲਈਏ ਜੀ ਕਿਨਾਂ ਨੂੰ ਇਸ ਦਾ ਲਾਭ ਮਿਲੇਗਾ ਅਤੇ ਕਿਨਾਂ ਨੂੰ ਇਸ ਦਾ ਲਾਭ ਜਿਹੜਾ ਉਹ ਨਹੀਂ ਮਿਲੇਗਾ ਜੀ ਤੇ ਜਿਨ੍ਹਾਂ ਦੇ ਪੈਲੀਆਂ ਹਨ ਜੀ 2.5 ਕਿੱਲੇ ਤੋਂ ਵੱਧ ਪੈਲੀਆ ਜਾਂ ਜਿਸ ਦੇ ਜਿਨ੍ਹਾਂ ਦੇ ਬਿਜ਼ਨਸ ਚੱਲਦੇ ਹਨ ਜੀ ਵੱਡੀਆਂ-ਵੱਡੀਆਂ ਕੋਠੀਆਂ ਹਨ ਉਹਨਾਂ ਦੀ ਪੈਨਸ਼ਨ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਕੱਢ ਦਿੱਤੀਆਂ ਜਾਣਗੀਆਂ ਉਸ ਤੋਂ ਇਲਾਵਾ ਜ਼ਰੂਰਤਮੰਦ ਲੋਕਾਂ ਨੂੰ ਹੀ ਜਿਹੜਾ ਇਸ ਦਾ ਲਾਭ ਜਿਹੜਾ ਦਿੱਤਾ ਜਾਵੇਗਾ ਹੁਣ 2500 ਪੈਨਸ਼ਨ ਤੇ ਗੱਲ ਕੀਤੀ ਹੈ ਤੇ ਬਹੁਤ ਜਲਦੀ ਹੀ ਪੰਜਾਬ ਦੇ ਵਿੱਚ ਤੁਹਾਨੂੰ 2500 ਪੈਨਸ਼ਨ ਜਿਹੜੀ ਦੇਖਣ ਨੂੰ ਮਿਲਣ ਵਾਲੀ ਹੈ ਜੀ 1 ਫਰਵਰੀ ਤੋਂ ਬਾਅਦ ਜਿਹੜਾ ਸੈਂਟਰ ਵੱਲੋਂ ਜਦੋਂ ਵੀ ਬਜਟ ਪਾਸ ₹100 ਪੈਨਸ਼ਨ ਜਿਹੜੀਆਂ ਵਾਂ ਉਹ ਸਟਾਰਟ ਕਰ ਦਿੱਤੀਆਂ ਜਾਣਗੀਆਂ ਜੀ ਠੀਕ ਹੈ ਜੀ ਜਿਹੜਾ ਬਜਟ ਹੈ ਉਹ ਸੈਂਟਰ ਵੱਲੋਂ ਪਾਸ ਹੋਏਗਾ ਜਦੋਂ ਵੀ ਬਜਟ ਜਿਹੜਾ ਪਾਸ ਹੋ ਜਾਵੇਗਾ ਉਸ ਤੋਂ ਬਾਅਦ ਜਿਹੜਾ ਵਾ 2500 ਪੈਨਸ਼ਨ ਜਿਹੜੀ ਹੈ ਪੰਜਾਬ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ ਜੀ ਇਹਹੀ ਜਾਣਕਾਰੀ ਸੀ ਜਿਹੜੀ ਮੈਂ ਤੁਹਾਣਾ ਸਾਂਝੀ ਕਰਨੀ ਸੀ ਮਿਲਦੇ ਆ ਨਵੇਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ